ਜਿਸ ਸੁਹਾਣੀ ਘੜੀ ਚਮਕਾ ਤੈਬਾ ਪਹਿਚਾਨ ਉਸ ਦਿਲ ਅਫਰੋਜ਼ ਸਾਫ ਮੈਂ ਲਾਖੋਂ ਸਲਾਮ ਜਿਨਕੇ ਜਲਵੇ ਸੇ ਮੁਰਝਾਈ ਗਲੀਆਂ ਖਿਲੀ ਉਸ ਗੁਲੇ ਪਾਕ ਮੰਬਰ ਪੇ ਲਾਖੋਂ ਸਲਾਮ ਅੰਧੇ ਸ਼ੀਸ਼ੇ ਜਲਾ ਜਲ ਦਮਕਨੇ ਲਗੇ ਜਲਵਰੇ ਦੀ ਦਾਵਤ ਪੇ ਲਾਖੋਂ ਸਲਾਮ ਜਿਨ ਸੇ ਖਾਰੀ ਕੁਏ ਸ਼ੀਰਾਏ ਜਾ ਬਨੇ ਉਸ ਜ਼ੁਲਾਲੇ ਹਲਾਵਤ ਪੇ ਲਾਖੋਂ ਸਲਾਮ ਫਤਹ ਬਾਬੇ ਨਬੂਵਤ ਪੇ ਬੇਹੱਦ ਦਰੂਦ ਖਤਮ ਦੌਰੇ ਰਸਾਲਤ ਪੇ ਲਾਖੋਂ ਸਲਾਮ ਜਿਨ ਕੇ ਆਗੇ ਖਿੱਚੀ ਗਰਦਨੇ ਝੁਕ ਗਈ ਉਸ ਖੁਦਾ ਦਾਦ ਸ਼ੌਕਤ ਪੇ ਲਾਖੋਂ ਸਲਾਮ ਸ਼ੋਰੇ ਤਕਬੀਰ ਸੇ ਥਰ ਥਰਾਤੀ ਜ਼ਮੀਨ ਜੁੰਬਸ਼ੇ ਜੈਸ਼ੇ ਨੁਸਰਤ ਪੇ ਲਾਖੋਂ ਸਲਾਮ ਜਿਨ੍ਹਾਂ ਜਿਨ੍ਹਾਂ ਰਾਮਤ ਸਾਹਬਾ ਗੁਜ਼ਰੇ ਹਜ਼ੂਰ ਦੀ ਗੁਲਾਮੀ ਵਿੱਚ ਨਾਰਾ ਹਾਏ ਦਲੇਰਾਂ ਸੇ ਬਨ ਗੂੰਜਤੇ ਗੁਰਰਸ਼ੇ ਕੋ ਸੇ ਜੁਰਅਤ ਪੇ ਲਾਖੋਂ ਸਲਾਮ ਫਿਰ ਹਜ਼ੂਰ ਦਾ ਦਿਫਾ ਕਿੰਝ ਕੀਤਾ ਉਨਕੇ ਆਗੇ ਵੋ ਹਮਜ਼ਾ ਕੀ ਜਾਂਬਾਜ਼ੀਆਂ ਉਨਕੇ ਆਗੇ ਵੋ ਹਮਜ਼ਾ ਕੀ ਜਾਂਬਾਜ਼ੀਆਂ ਸ਼ੇਰ ਗੁਰਾਂ ਨੇ ਸਤਵਤ ਪੇ ਲਾਖੋਂ ਸਲਾਮ ਸੈਯਦਾ ਜ਼ਾਹਿਰਾ ਤੈਯਬਾ ਤਾਹਿਰਾ ਜਾਨ ਅਹਿਮਦ ਕੀ ਰਾਹਤ ਪੇ ਲਾਖੋਂ ਸਲਾਮ ਖੂਨ ਖੈਰ ਰਸੂਲ ਸੇ ਹੈ ਜਿਨ ਕਾ ਖਮੀਰ ਉਨਕੀ ਬੇਲੋਸ ਤੀਨਤ ਪੇ ਲਾਖੋਂ ਸਲਾਮ ਵੋ ਹਸਨ ਮੁਜਤਬਾ ਸੈਯਦੁਲ ਅਸਤੀਆ ਰਾਕਬੇ ਦੋਸ਼ ਇੱਜ਼ਤ ਪੇ ਲਾਖੋਂ ਸਲਾਮ ਉਸ ਸ਼ਹੀਦ ਬਲਾ ਸ਼ਾਹ ਗੁਰੂ ਕਬਾ ਬੇਕਸ ਦਸ਼ਤੇ ਗੁਰਬਤ ਪੇ ਲਾਖੋਂ ਸਲਾਮ ਜੇ ਬੰਦਾ ਪੜ੍ਹ ਕੇ ਮੌਲਵੀ ਬਣਿਆ ਹੋਵੇ ਨਾ ਤਾਂ ਫਿਰ ਸਾਹਬਾ ਦੇ ਬਾਰੇ ਇਹ ਨਹੀਂ ਗੱਲ ਕਰਨਾ ਜੇ ਗਾਉਂਦਿਆਂ ਗਾਉਂਦਿਆਂ ਕਮੀਨਾ ਮੁਬੱਲਕ ਬਣਿਆ ਹੋਵੇ ਤੇ ਫਿਰ ਉਂਝ ਭੌਂਕਦਾ ਜਿਵੇਂ ਜੁਨੈਦ ਜਮਸ਼ੇਦ ਭੌਂਕਿਆ ਵਰਨਾ ਸਾਹਬਾ ਦੀ ਐਨ ਸ਼ਾਨ ਬਿਆਨ ਹੁੰਦੀ ਅਬੂ ਬਕਰ ਉਮਰ ਉਸਮਾਨ ਅਲੀ ਦੀ ਸਾਇਆ ਏ ਮੁਸਤਫਾ ਮਾਇਆ ਏ ਇਸਤਫਾ ਇਜ਼ੋ ਨਾਜ਼ੇ ਖਿਲਾਫਤ ਪੇ ਲਾਖੋਂ ਸਲਾਮ ਈਰਾਨ ਦੇ ਪੈਸੇ ਖਾਦੇ ਹੋਵਨ ਤਾਂ ਫਿਰ ਸਿੱਦੀਕ ਅਕਬਰ ਦੀ ਅਫਜ਼ਲੀਅਤ ਨਹੀਂ ਪਤਾ ਲੱਗਦੀ ਜੇ ਦਰੇ ਰਸੂਲ ਦੇ ਟੁਕੜੇ ਖਾਦੇ ਹੋਵਨ ਤਾਂ ਫਿਰ ਅਫਜ਼ਲੀਅਤ ਸਿੱਦੀਕ ਅਕਬਰ ਇੰਜ ਬਿਆਨ ਹੁੰਦੀ ਯਾਨੀ ਉਸ ਅਫਜ਼ਲ ਉਲ ਖਲਕ ਬਾਦਰ ਰਸੂਲ ਸਾਨੀ ਅਸਨੈ ਨੇ ਹਿਜਰਤ ਪੇ ਲਾਖੋਂ ਸਲਾਮ ਹਜ਼ੂਰ ਦੇ ਦਰ ਦੇ ਟੁਕੜੇ ਖਾਦੇ ਹੋਵਨ ਫਿਰ ਹਜ਼ਰਤ ਉਮਰ ਦੀ ਸ਼ਾਨ ਇੰਜੇ ਮੇਰੇ ਕੋਲ ਇਹੋ ਜਿਹਾ ਲਫ਼ਸ ਕੋਈ ਨਹੀਂ ਜਿਹੜਾ ਮੈਂ ਜੁਨੈਦ ਜਮਸ਼ੇਦ ਦੇ ਬਾਰੇ ਕਹਾਂ ਆਪਣੀ ਮਹਿਫਲ ਨਹੀਂ ਖਰਾਬ ਕਰਨ ਤਵਜੋ ਤਰਜਮਾਨੇ ਨਬੀ ਹਮ ਜ਼ੁਬਾਨੇ ਨਬੀ ਜਾਨੇ ਸ਼ਾਨੇ ਅਦਾਲਤ ਪੇ ਲਾਖੋਂ ਸਲਾਮ ਫਾਰਕੇ ਹੱਕ ਬਾਤਿਲ ਇਮਾਮ ਉਲ ਹੁਦਾ ਕੋਈ ਕਾਲਾ ਕੁੱਤਾ ਉੱਠ ਕੇ ਹਜ਼ਰਤ ਉਮਰ ਨੂੰ ਭੌਂਕੇ ਫਾਰਕੇ ਹੱਕ ਬਾਤਿਲ ਇਮਾਮ ਉਲ ਹੁਦਾ ਤੇਰੇ ਮਸਲੂਲ ਸ਼ਿੱਦਤ ਪੇ ਲਾਖੋਂ ਸਲਾਮ ਕੋਈ ਮੈਟ੍ਰਿਕ ਪੜ੍ਹ ਕੇ ਹਜ਼ਰਤ ਉਸਮਾਨ ਗਨੀ ਦੇ ਬਾਰੇ ਗੱਲ ਕਰੇ ਕਿ ਜੀ ਉਹਨਾਂ ਅਕਰਵਾ ਪਰਵਰੀ ਕੀਤੀ ਜ਼ਾਹਿਦ ਮਸਜਿਦ ਅਹਿਮਦੀ ਪਰ ਦਰੂਦ ਦੌਲਤ ਜੈਸ਼ ਉਸਰਤ ਪੇ ਲਾਖੋਂ ਸਲਾਮ ਯਾਨੀ ਉਸਮਾਨ ਸਾਹਿਬ ਕਮੀ ਸੇ ਹੁਦਾ ਉੱਲਾ ਪੋਸ਼ੇ ਸ਼ਹਾਦਤ ਪੇ ਲਾਖੋਂ ਸਲਾਮ ਮੈਂ ਜਿਹੜੀ ਗੱਲ ਕਰ ਰਿਹਾ ਇਸ ਨੂੰ ਲਗਾਮ ਦਿਓ ਇਨਸਾਨ ਦਾ ਪੁੱਤਰ ਬਣ ਤੈਨੂੰ ਕਿਹਨੇ ਕਿਹਾ ਤੂੰ ਜਾ ਕੇ ਗਾ ਜ਼ਲੀਲਾ ਤੂੰ ਗਾਉਂਦਾ ਰਾਂਦਾ ਤਾਂ ਚੰਗਾ ਸੀ ਤੈਨੂੰ ਕਿਸ ਨੇ ਕਿਹਾ ਤੂੰ ਮਤਲਬ ਆ ਕੇ ਉਮਾਤੁਲ ਮੋਮਿਨੀਨ ਦੇ ਕਰੇ ਕਦੀ ਭੌਂਕਦਾ ਕਦੀ ਸਾਹਬਾ ਦੇ ਬਾਰੇ ਭੌਂਕਦਾ
یہ ڈاکو تھے میرے کو لفظ ہی ہو جائے پھر لوگ کہنا بولی خادم گالا کٹتا میرے کو گال بھی کوئی نہیں تیرے واسطے جڑا تو صحابہ دے بارے ذلیلا تین پتا نہیں ان اللہ نظر فی قلوب العباد فلم یجد قلبا انقا من قلوب اصحابی رسول اللہ نے فرمایا ازل وچ رب نے آپ ہر بندے دے دل دی طرف ویکھیا تے میرے صحابہ دے دل تو بعد کہ اس نے کوئی پاکیزہ دل نہیں پایا سارے سیکولرانو میں پیغام دے رہا تے جڑے ٹی وی تے اخباراں بک بک کرنے انسان دے پتر بن جاؤ سانو اپنی زندگی دی کوئی لوڑ کوئی نہیں جے ساڈے ہونے صحابہ دے بارے کوئی بھونکے کتا کوئی کالا ہوے یا چٹا ہوے ہاں جی صحابہ دے بارے کوئی بھونکے امہات المومنین دے بارے کوئی بھونکے کوئی حضور دے آل دے بارے کوئی بھونکے کوئی داتا صاحب دے بارے بھونکے بس جاگ اٹھے آپ اہل سنت گونج اٹھا یہ نعرہ ہے دور ہٹو اے دشمن ملت بس